ਲਾਕਡਾਊਨ ਵਿੱਚ ਵੀ ਇਹਨਾਂ ਦੋ ਢਾਈ ਮਹੀਨੇ ਬੜੀ ਸ਼ਿੱਦਤ ਨਾਲ ਸੇਵਾ ਕੀਤੀ ਕੌਮ ਹਰ ਬੰਦੇ ਦੀ ਜਿੱਥੇ ਜਾ ਕੇ ਲੰਗਰ ਪਹੁੰਚਾਉਂਦੇ ਰਹੇ ਨੇ ਹਾਂਜੀ ਇਹ ਇੱਕ ਸਲਾਹਾਂ ਵੀ ਕਰਨਾ ਵੀ ਬਹੁਤ ਸੋਹਣਾ ਚੰਗਾ ਨੌਜਵਾਨ ਇਹ ਕੰਮ ਕਰਦਾ ਤੇ ਅਗਾ ਵੀ ਮਾਸ ਕਰ ਰਿਹਾ ਵੀ ਆਪਣੇ ਨੌਜਵਾਨਾਂ ਨਾਲ ਜੋੜ ਕੇ ਵੇਖੋ ਲਾਕਡਾਊਨ ਦੇ ਵਿੱਚ ਵੀ ਇਹਨਾਂ ਨੇ ਇੱਕ ਦਿਨ ਵੀ ਕਰਨਾ ਯੂਰਪ ਦੇ ਵਿੱਚ ਨੇ ਇਹਨਾਂ ਕਰਕੇ ਜਿੱਥੇ ਭਾਵੇਂ ਕੋਈ ਇੰਗਲੈਂਡ ਵਿੱਚੋਂ ਵੀ ਆਪਣੇ ਟਾਈਮ ਕੱਢ ਕੇ ਸਾਰੇ ਪਹੁੰਚਦੇ ਨੇ ਸਾਰੇ ਥਾਵਾਂ ਉੱਤੇ ਇਹ ਜਥੇਬੰਦੀਆਂ ਦਾ ਸਾਰਾ ਉਪਰਾਲਾ ਜਿਵੇਂ ਉੱਥੇ ਜੂਨ 84 ਵਿੱਚ ਮੁਜ਼ਾਹਰਾ ਵੀ ਹੁੰਦਾ ਹੈ ਤੇ ਇਹ ਜਥੇਬੰਦੀਆਂ ਨਾ ਹੋਂਦ ਵਿੱਚ ਆਉਂਦੀਆਂ ਯੂਰਪ ਦੇ ਵਿੱਚ ਜਾਂ ਇੱਥੇ ਵਿਦੇਸ਼ਾਂ ਵਿੱਚ ਤੇ ਇਹ ਜਿਹੜੇ ਇੱਥੇ ਦਬਾਅ ਜਿਹੜਾ ਸੀ ਬਿਲਕੁਲ ਨਹੀਂ ਸੀ ਬਣਨਾ ਜੇ ਅੱਜ ਕੋਈ ਸਰਕਾਰ ਜਿਹੜੀ ਉੱਥੇ ਦਬਾਅ ਪੈਂਦਾ ਤਾਂ ਉਹ ਵਿਦੇਸ਼ੀ ਸਿੱਖਾਂ ਕਰਕੇ ਤੇ ਜਦੋਂ ਪੁਲਿਸ ਜਿਹੜੀ ਸੀ ਉਸ ਟਾਈਮ ਦੇ ਉੱਤੇ ਪਹਿਲੋਂ ਖਬਰਾਂ ਮੈਂ ਹਰ ਟਾਈਮ ਦੇ ਅਖਬਾਰ ਜਿਹੜੀ ਅਸੀਂ ਪੜ੍ਹਨੀ ਹੁੰਦੀ ਸੀ ਤੇ ਜਦੋਂ ਪਹਿਲੋਂ CRP ਦੇ ਉੱਤੇ ਗੋਲੀ ਚੱਲੀ ਸੀ ਅੰਦਰੋਂ ਤੇ ਜਿਹੜਾ ਆਪਣਾ ਆਪਣਾ ਵਿਰਕ ਜਿਹੜਾ ਸਰਬਜੀਤ ਸਿੰਘ ਉਹਦੇ ਜਬਾੜੇ ਦੇ ਉੱਤੇ ਗੋਲੀ ਵੱਜੀ ਤਾਂ ਅੱਜ ਤੁਸੀਂ ਫੋਟੋ ਵੇਖੋ ਉਹਦਾ ਜਬਾੜਾ ਉਤਾਰ ਉੱਖੜਿਆ ਉਹਦਾ ਬੁੱਲ ਜਿਹੜਾ ਉਹਦੇ ਉਹਨੂੰ ਗੋਲੀ ਵੱਜੀ ਸੀ ਪਹਿਲੋਂ ਅੱਛਾ ਤੇ ਉਸ ਤੋਂ ਬਾਅਦ ਫਿਰ ਜਿਵੇਂ ਅਸੀਂ ਖਬਰਾਂ ਘੇਰਾ ਜਿਹੜਾ ਸੀ ਉਹ ਟੈਟ ਹੁੰਦਾ ਗਿਆ ਸੰਤਾਂ ਦੇ ਭਾਸ਼ਣ ਜਿਹੜੇ ਸਨ ਉਹ ਉੱਥੇ ਹਰ ਟਾਈਮ ਦੇ ਉੱਤੇ ਜਿਹਨੇ ਜਿੱਥੇ ਜਾਂਦੇ ਸਨ ਉਹਨਾਂ ਸਾਰਿਆਂ ਨੂੰ ਤਕਰੀਰ ਕਰਦੇ ਹੁੰਦੇ ਸਨ ਠੀਕ ਹੈ ਤੇ ਜਦੋਂ ਫਿਰ ਸਾਨੂੰ ਆਉਂਦੇ ਸਨ ਸਾਡੇ ਫਾਦਰ ਸਾਹਿਬ ਸਾਨੂੰ ਆ ਕੇ ਸਾਰਾ ਦੱਸਦੇ ਆ ਵੀ ਅੱਜ ਆਹ ਗੱਲਬਾਤ ਹੋਈ ਅੱਜ ਆਹ ਗੱਲਬਾਤ ਹੋਈ ਸੰਤਾਂ ਨੇ ਆਹ ਕਿਹਾ ਉਹਨਾਂ ਦੇ ਉੱਤੇ ਉਹਨਾਂ ਨੇ ਵੀ ਸਿਰਫ ਆਪਣੇ ਬਿਜ਼ਨਸ ਤੱਕ ਸੀਮਿਤ ਨੇ ਕਿਉਂਕਿ ਮੈਂ ਕੁਝ ਕਾਫੀ ਗੱਲਾਂ ਜਿਹੜੀਆਂ ਨੇ ਮੈਂ ਨਾਂ ਤੇ ਕਿਸੇ ਦਾ ਲੈਣਾ ਨਹੀਂ ਚਾਹੁੰਦਾ ਤੇ ਉਹ ਵੀ ਖਿਡਾਰੀ ਜਿਹੜੇ ਨੇ ਉਹਨਾਂ ਨੂੰ ਜਦੋਂ ਮਜਬੂਰ ਕਰਦੇ ਵੀ ਤੁਸੀਂ ਸਾਨੂੰ ਕੱਪ ਚੁੱਕ ਕੇ ਦਿਓ ਜਿਵੇਂ ਮਰਜ਼ੀ ਦਿਓ ਹਾਂ ਤੇ ਫਿਰ ਉਹ ਆਂਦੇ ਵੀ ਜੇ ਤੁਸੀਂ ਸਾਨੂੰ ਕੁਝ ਦਿਓਗੇ ਤਾਂ ਖਾਵਾਂਗੇ ਨਹੀਂ ਤੇ ਫਿਰ ਕੱਪ ਵੀ ਚੁੱਕਾ ਠੀਕ ਹੈ ਪਰ ਮਸਲਾ ਇਸ ਗੱਲ ਦਾ ਵੀ ਜਿਹੜਾ ਨਸ਼ਾ ਹੈ ਉਹ ਲੰਮਾ ਟਾਈਮ ਨਹੀਂ ਬੰਦਾ ਚੱਲ ਸਕਦਾ ਜਿਹੜਾ ਬਿਨਾਂ ਨਸ਼ੇ ਤੋਂ ਸਰੀਰ ਦੇ ਬੰਦੇ ਦਾ ਉਹ ਜ਼ਿਆਦਾ ਵਧੀਆ ਖੇਡ ਸਕਦਾ ਹੈ ਤੇ ਉਹਨਾਂ ਖਿਡਾਰੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਉਹ ਆਖਣ ਵੀ ਜੇ ਤੁਸੀਂ ਸਾਡੀ ਜਵਾਨੀ ਜ਼ਿੰਦਗੀ ਨੂੰ ਖਤਮ ਕਰ ਦਿਓਗੇ ਤੇ ਸਾਡਾ ਪੈਸਾ ਵੀ ਕਿਸ ਕੰਮ ਆਏਗਾ ਇਹ ਤੇ ਖਿਡਾਰੀਆਂ ਨੂੰ ਸੋਚਣਾ ਚਾਹੀਦਾ ਵੀ ਨਸ਼ਾ ਕਰਕੇ ਖੇਡ ਕੇ ਪੈਸਾ ਕਮਾ ਕੇ ਆਪਣੀ ਜ਼ਿੰਦਗੀ ਬਰਬਾਦ ਕਰਕੇ ਉਹਦੇ ਨਾਲ ਕੋ ਹੋਰ ਕੋ ਕਾਰੋਬਾਰ ਕਰ ਰਹੇ ਉਹ ਚੰਗਾ ਇਹਦੇ ਲਿੰਕ ਦੇ ਬਾਅਦ ਬਾਹਰੋਂ ਪੈਸਾ ਆ ਰਿਹਾ ਤੇ ਇਹ ਅਸੀਂ ਕਿਉਂ ਇਹ ਕੰਮ ਕਰੀਏ ਇਹ ਵੱਡਾ ਕਾਰਨ ਹੈ ਵੀ ਜਦੋਂ ਸੰਘਰਸ਼ ਚੱਲਿਆ ਸੀ ਹਜ਼ਾਰਾਂ ਸ਼ਹਾਦਤਾਂ ਹੋਈਆਂ ਤੇ ਲੋਕਾਂ ਨੇ ਜੇਲ੍ਹਾਂ ਭਰੀਆਂ ਲੋਕਾਂ ਨੇ ਰਸਤਾ ਰੋਕੂ ਪ੍ਰੋਗਰਾਮ ਰੋਕੇ ਸਿੱਖਾਂ ਨੇ ਰੇਲਾਂ ਰੋਕੀਆਂ ਪਰ ਉਦੋਂ ਬਾਹਰੋਂ ਕੋਈ ਮਦਦ ਨਹੀਂ ਸੀ ਜਾਂਦੀ ਉਹਨਾਂ ਲੋਕਾਂ ਦਾ ਬਾਹਰ ਵੱਲ ਧਿਆਨ ਨਹੀਂ ਸੀ ਅੱਜ ਅਸੀਂ ਵਿਦੇਸ਼ਾਂ ਦੇ ਵਿੱਚੋਂ ਜਿਹੜਾ ਉੱਥੇ ਲੋਕਾਂ ਨੂੰ ਜਿਹੜਾ ਅਸੀਂ ਕਹਿੰਦੇ ਵੀ ਇਹਨੇ ਜੀ ਸੰਘਰਸ਼ ਠੀਕ ਹੈ ਮੈਂ ਇਹ ਗੱਲ ਨਹੀਂ ਆਉਂਦਾ ਵੀ ਉਹਨਾਂ ਦੀ ਮਦਦ ਕਰਨੀ ਨਹੀਂ ਚਾਹੀਦੀ ਉਹ ਮਰਜੀਵੜਾ ਤਾਂ ਤਿਆਰ ਕੀਤਾ ਸੀ ਉਹ ਤੇ ਇਹਨਾਂ ਨੇ ਇੱਕ ਸਟੰਟ ਬਣਾਇਆ ਸੀ ਪਰ ਜਿਹੜੇ ਸੰਤਾਂ ਦੇ ਜਿਹੜੇ ਮਰਜੀਵੜੇ ਸਨ ਸ਼ਹਾਦਤਾਂ ਉਹਨਾਂ ਨੇ ਦਿੱਤੀਆਂ ਨੇ ਠੀਕ ਹੈ ਤੇ ਇਸ ਕਰਕੇ ਇਹ ਸਾਰੀ ਜਿਹੜੀ ਸ਼ੁਰੂਆਤ ਸੀ ਇਹ ਅਕਾਲੀ ਦਲ ਵੱਲੋਂ ਕੀਤੀ ਗਈ ਸੀ ਠੀਕ ਹੈ ਪਰ ਇਹਨਾਂ ਦੀ ਇੱਕ ਸਿਰਫ ਤੇ ਸਿਰਫ ਜਿਹੜਾ ਸੀ ਉਹ ਸਿਆਸਤ ਤੱਕ ਸੀਮਤ ਸੀ ਤੇ ਇਹ ਆਪ ਖੁਦ ਤੁਸੀਂ ਵੇਖਿਆ ਵੀ ਚਿੱਠੀਆਂ ਇਹਨਾਂ ਦੀ ਜਨਤਕ ਹੋ ਚੁੱਕੀਆਂ ਸਾਰੀਆਂ ਇਹਨਾਂ ਨੇ ਆਪ ਜਿਹੜਾ ਕਿ ਹਮਲਾ ਕਰਵਾਇਆ ਕਿ ਸੰਤਾਂ ਨੂੰ ਫੜ ਲਓ ਇਹ ਗ੍ਰਿਫਤਾਰ ਕਰੋ ਪਰ ਸੰਤ ਜਿਹੜੇ ਸਨ ਉਹਨਾਂ ਗ੍ਰਿਫਤਾਰੀ ਨਹੀਂ ਦਿੱਤੀ ਤੇ ਇਹਨਾਂ ਨੂੰ ਉਹਨਾਂ ਉੱਤੇ ਦਰਬਾਰ ਸਾਹਿਬ ਨੂੰ ਇੱਕ ਬਹਾਨਾ ਬਣਾ ਕੇ ਸਾਰਾ ਜਿਹੜਾ ਸੀ ਉਹਨੂੰ ਤੇ ਬੜਾ ਕੀਮਤੀ ਸਮਾਨ ਜਿਹੜਾ ਸੀ ਕੌਮ ਦਾ ਇਤਿਹਾਸ ਕਬਰ ਨਾ ਉਹਨੇ ਹਾਲਦਾ ਜਿਹੜਾ ਸੀ ਸਿਹਰਾ ਜਿਹੜਾ ਸੀ ਇੱਕ ਜਿਹੜੀ ਚਾਂਦਰੀ ਸੀ ਜਿਹੜੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀਤੀ ਭੇਟ ਕੀਤੀ ਗਈ ਸੀ ਅਸਾਮ ਦੇ ਰਾਜੇ ਵੱਲੋਂ ਉਹ ਕਾਫੀ ਜਿਹੜਾ ਤੋਸ਼ਕ ਰਾਣਾ ਦੀ ਸਾਰਾ ਜਿਹੜਾ ਸੀ ਬਰਬਾਦ ਕਰ ਦਿੱਤਾ ਇੱਕ ਸਿੱਖ ਇਤਿਹਾਸ ਦਾ ਜਿਹੜਾ ਸਾਰਾ ਪੁਰਾਤਨ ਜਿਹੜਾ ਸੀ ਖਤਮ ਕੀਤਾ ਤੇ ਸਰਕਾਰ ਜੇਕਰ ਉਦੋਂ ਇਲੈਕਸ਼ਨ ਲੜੀ ਹੁੰਦੀ ਤੇ ਹੋ ਸਕਦਾ ਪੰਜਾਬ ਦਾ ਜਿਹੜਾ ਸੀ ਉਹਦੇ ਵਿੱਚੋਂ ਜਿਹੜੇ ਅਸੀਂ ਪੰਜਾਬ ਦਾ ਭਲਾ ਹੋ ਜਾਂਦਾ ਕਿਉਂਕਿ ਉੱਥੇ ਵੋਟਾਂ ਨਾਲ ਜਿਹੜੀ ਬਣ ਜਾਂਦੀ ਸਾਰੀ ਪਾਵਰ ਉਹਦੇ ਹੱਥ 'ਚ ਹੁੰਦੀ ਹਾਂਜੀ ਤੇ ਬਾਈਕਾਟ ਨਹੀਂ ਸੀ ਕਰਨਾ ਚਾਹੀਦਾ ਬਾਈਕਾਟ ਕਰਕੇ ਕੌਮ ਦਾ ਵੱਡਾ ਨੁਕਸਾਨ ਬੜਾ ਹੋਇਆ ਜਿਹਦਾ ਸਤਾਪ ਜਿਹੜਾ ਝੱਲਣਾ ਪਿਆ ਤੇ ਵੇਖੋ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪਹਿਲਾਂ ਜਦੋਂ ਬੰਦਾ ਨਵਾਂ ਨਵਾਂ ਆਉਂਦਾ ਹੈ ਕਿਉਂਕਿ ਸਾਨੂੰ ਪਤਾ ਵੇਖਦੇ ਹਾਂ ਵੀ ਅਸੀਂ ਵੇਖ ਕੇ ਚੇਰਾਪੁਰਾ ਦਾ ਵੀ ਬੜਾ ਵੱਡਾ ਸਿੱਖ ਕਿਉਂਕਿ ਅਸੀਂ ਜੇ ਉੱਥੋਂ ਆਏ ਹਾਂ ਪਹਿਲਾਂ ਬੰਦੇ ਨੂੰ ਵਾਚਣਾ ਪੈਂਦਾ ਜੀ ਕਿਵੇਂ ਅਗਲਾ ਕੀ ਹੈ ਠੀਕ ਹੈ ਪਰ ਜਦੋਂ ਅਸੀਂ ਉਹਨਾਂ ਦੇ ਵਿੱਚ ਵੇਖਿਆ ਪਰ ਜਦੋਂ ਉਹਨਾਂ ਨੂੰ ਅਸੀਂ ਧੁਰ ਤੱਕ ਵੇਖਿਆ ਤੇ ਫਿਰ ਸਾਨੂੰ ਪਤਾ ਲੱਗਾ ਵੀ ਇਹ ਤੇ ਕੁਛ ਵੀ ਨਹੀਂ ਠੀਕ ਹੈ ਇਹ ਤੇ ਸਿਰਫ ਸਾਨੂੰ ਇਹ ਵਿਖਾਵਾ ਕਰਦੇ ਨੇ ਪਰ ਉਹਨਾਂ ਲੋਕ ਉਹ ਸਾਨੂੰ ਦੱਸੀ ਕਿ ਅਸੀਂ 30 ਸਾਲ ਤੋਂ ਜੀ ਇੱਥੇ ਇਹ ਜਲਾਵਤ ਨਹੀਂ ਕਰਦੇ ਪਏ ਅਸੀਂ ਬਲੈਕ ਲਿਸਟ ਆ ਅਸੀਂ ਫਲਾਣਾ ਵਾ ਪਰ ਅਸੀਂ ਉੱਥੇ ਸਦਦ ਆਪ ਝੱਲਿਆ ਮੈਂ ਖੁਦ ਆਪਣੇ ਕੇਸ ਭੁਗਤੇ ਨੇ ਅਸੀਂ ਉੱਥੇ ਗਰਾਊਂਡ ਲੈਵਲ ਦੇ ਉੱਤੇ ਕੰਮ ਕੀਤਾ ਤੇ ਉੱਥੋਂ ਉਹਨਾਂ ਚੱਲ ਗਏ ਆ ਪਰ ਇਹ ਇੱਥੇ ਦੇ ਜਿਹੜੇ ਉਹ ਭਰਾ ਨੇ ਉਹਨਾਂ ਨੇ ਕਿਸੇ ਨੇ ਅੱਜ ਕਰਕੇ ਡੰਡਾ ਵੀ ਨਹੀਂ ਖਾਧਾ